ਲੋਈ ਦੋ ਤਹਾਸਰੀ ਕਾਕੀ ਹਾਲਚਾਲ ਹਾਂ ਜੀ ਅੱਜ ਫਿਰ ਸਿਵियर ਟਾਈਮ ਤੋਂ ਪਹਿਲਾਂ ਲੈ ਕੇ ਤੁਹਾਡੇ ਵਾਸਤੇ ਇੱਕ ਹੋਰ ਨਿੱਕੀ ਜੀ ਜਾਣਕਾਰੀ ਆ ਨਿੱਕੀ ਜੀ ਜਾਣਕਾਰੀ ਤੇ ਦੋ ਕੰਮਾਂ ਦੀਆਂ ਗੱਲਾਂ ਦੋ ਕੰਮ ਨਿਕਲਿਆ ਕੰਮਾਂ ਦੀ ਦੱਸ ਪਈ ਆ ਤੇ ਇੱਕ ਜਾਣਕਾਰੀ ਜਾਣਕਾਰੀ ਇਹ ਆ ਬਈ ਨੂਲਾ ਉਸਤਾ ਨੂਲਾ ਉਸਤਾ ਜੀ ਨੂੰ ਅਬਰਹਦਾਰੀ ਕਹਿ ਦਿੰਦੇ ਆ ਨੂਲਾ ਉਸਤਾ ਜੀ ਨੂੰ ਆਪਾਂ ਕਲੀਅਰੈਂਸ ਕਹਿ ਦਿੰਦੇ ਆ ਕਲੀਅਰੈਂਸ ਹੁੰਦਾ ਮਤਲਬ ਨੂਲੇ ਉਸਤੇ ਦਾ ਮਤਲਬ ਆਪਾਂ ਕਲੀਅਰੈਂਸ ਕਹਿੰਦੇ ਆ ਅੱਜ ਲਿਆਂਦਾ ਸੀਗਾ ਤੇ ਜਮਾ ਵੀ ਕਰਾਤਾ ਤੇ ਹੁਣ ਤੁਸੀਂ ਕਹੋਗੇ ਵੀ ਇਹ ਨੂਲਾ ਉਸ ਦਾ ਕਿੱਥੋਂ ਲੈਂਦਾ ਤੇ ਕਿੱਥੇ ਜਮਾ ਕਰਾਤਾ ਤੋਂ ਦੋਸਤੋ ਬਈ ਮੈਂ ਤਾਂ ਇਸ ਕਰਕੇ ਵੀਡੀਓ ਬਣਾ ਰਿਹਾ ਕਿਉਂਕਿ ਇਹ ਵੀਡੀਓ ਜਿਹੜੇ ਮੇਰੇ ਵੀਰ ਇੱਥੇ ਇਟਲੀ ਦੇ ਵਿੱਚ ਉਹਨਾਂ ਵਾਸਤੇ ਇਹ ਕੰਮ ਦੀ ਵੀਡੀਓ ਹੈ ਜਿਹੜੇ ਜਿਨ੍ਹਾਂ ਦੇ ਬੱਚੇ ਸਕੂਲ ਜਾਂਦੇ ਜਾਂ ਪੜ੍ਹਦੇ ਜਾਂ ਕਿਵੇਂ ਵੀ ਹੈ ਤੇ ਸੋਨੂੰ ਵੀ ਦੱਸਦਾ ਵੀ ਨੂਲੇ ਉਸ ਤਰੀ ਇਕੱਲਾ ਨੂਲਾ ਉਸ ਦਾ ਇਹੀ ਨਹੀਂ ਹੁੰਦਾ ਬਈ ਤੇ ਆਪਾਂ ਭਰੇ ਭਰੇ ਆ ਤੇ ਆਪਾਂ ਨੂੰ ਪੇਰੀ ਨੂਲਾ ਉਸਤਾ ਮਿਲਦਾ ਕੱਲਾ ਉਹੀ ਨੂਲਾ ਉਸਤਾ ਨਹੀਂ ਹੁੰਦਾ ਨੂਲਾ ਉਸਤਾ ਇੱਕ ਡਾਕੂਮੈਂਟ ਹੈ ਇੱਕ ਕਾਗਜ਼ ਪੇਪਰ ਹੈ ਮਤਲਬ ਅਫੀਸ਼ੀਅਲ ਪੇਪਰ ਡਾਕੂਮੈਂਟ ਸੋ ਜਿਹੜਾ ਅੱਜ ਮੈਂ ਨੂਲਾ ਉਸਤ ਦੀ ਗੱਲ ਕਰਦਾ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹ ਨੂਲੇ ਉਸਤਾ ਮਤਲਬ ਟਰਾਂਸਫਰ ਵਾਸਤੇ ਹੁੰਦਾ ਮਤਲਬ ਚੇਂਜ ਕਰਨ ਵਾਸਤੇ ਕੋਈ ਵੀ ਆਪਾਂ ਜੇ ਪੋਸਟ ਵਗੈਰਾ ਚੇਂਜ ਵਿਭਾਗਾਂ ਚੇਂਜ ਕਰਨਾ ਜਾਂ ਕੋਈ ਚੀਜ਼ ਚੇਂਜ ਕਰਨੀ ਹੈ ਉਹਨੂੰ ਚੇਂਜ ਕਰਨ ਨਾਲ ਵਾਸਤੇ ਇੱਕ ਜਿਹੜਾ ਡਾਕੂਮੈਂਟ ਚਾਹੀਦਾ ਹੁੰਦਾ ਉਹ ਵੀ ਨੂਵੀਂ ਨੂਲਾ ਹਵਸਤਾ ਕਹਿੰਦੇ ਆ ਮਤਲਬ ਉਹ ਵੀ ਨੂਲਾ ਹਵਸਤਾ ਹੁੰਦਾ ਇੱਕ ਇਹ ਜਿਹੜਾ ਮੈਂ ਅੱਜ ਲਿਆਂਦਾ ਇਹ ਅੱਜ ਬੇਟੇ ਦੇ ਸਕੂਲ ਦਾ ਚੇਂਜ ਕਰਾਉਣਾ ਸੀਗਾ ਪਹਿਲਾਂ ਦਾ ਹੋਰ ਸਕੂਲ ਸੀਗਾ ਤੇ ਅੱਜ ਹੋਰ ਸਕੂਲ ਚ ਦਾਖਲਾ ਕਰਾਇਆ ਤੇ ਇਹ ਜੇ ਸਕੂਲ ਵਗੈਰਾ ਆਪਾਂ ਬੱਚਿਆਂ ਦੇ ਚੇਂਜ ਕਰਾਉਣਾ ਹੈ ਮੈਂ ਤਾਂ ਕਹਿੰਦਾ ਜਿਹੜੇ ਮੇਰੇ ਵੀਰ ਇਥੇ ਢੀਲੀ ਦੇ ਵਿੱਚ ਹਨ ਤੇ ਕਈਆਂ ਨੂੰ ਆਏ ਹੁੰਦਾ ਵੀ ਨਹੀਂ ਪਤਾ ਲੱਗਦਾ ਜਿਹੜੇ ਪੁਰਾਣੇ ਆ ਉਹਨਾਂ ਨੂੰ ਤਾਂ ਪਤਾ ਵੀ ਜੇ ਆਪਾਂ ਬੱਚੇ ਦਾ ਸਕੂਲ ਚੇਂਜ ਕਰਨਾ ਮੰਨ ਲਓ ਕਿਤੇ ਨੇ ਪਹਿਲਾਂ ਹੋਰ ਕਿਤੇ ਅਤੇ ਉਥੇ ਨਹੀਂ ਜਾਣਾ ਆਉਣਾ ਔਖਾ ਹੋ ਜਾਂਦਾ ਸਕੂਲ ਚੇਂਜ ਕਰਨਾ ਸਕੂਲ ਚੇਂਜ ਤਾਂ ਤੁਸੀਂ ਵੈਸੇ ਨਵੇਂ ਸਾਲ ਦੀ ਜਦੋਂ ਕਲਾਸਾਂ ਸ਼ੁਰੂ ਹੁੰਦੀਆਂ ਉਦੋਂ ਹੀ ਕਰ ਸਕਦੇ ਆ ਵੈਸੇ ਤੇ ਪਰ ਹੁਣ ਵੀ ਇਹਨਾਂ ਦਿਨਾਂ ਦੇ ਵਿੱਚ ਵੀ ਸਕੂਲ ਚੇਂਜ ਕਰਵਾ ਸਕਦੇ ਆ ਬੱਚੇ ਦਾ ਕਿਉਂਕਿ ਜਿਹੜਾ ਪ੍ਰੀਮੋ ਕੁਆਟਰ ਮਹੀਨੇ ਖਤਮ ਹੋ ਚੁੱਕਿਆ ਸਕੋਂ ਦਾ ਸ਼ੁਰੂ ਹੋ ਗਿਆ ਤੇ ਹੁਣ ਚੇਂਜ ਸਕੂਲ ਹੋ ਸਕਦਾ ਇਹਨੂੰ ਲਾਉ ਤਾਂ ਮੈਂ ਲਿਆਂਦਾ ਸੀ ਪੁਰਾਣੇ ਸਕੂਲ ਚੋਂ ਨੂੰ ਲਾਉ ਤਾਂ ਕਢਵਾ ਕੇ ਲਿਆਂਦਾ ਸੀਗਾ ਤੇ ਉਥੋਂ ਕਢਵਾ ਕੇ ਅਜ ਨਵੇਂ ਸਕੂਲ ਦੇ ਵਿੱਚ ਨੂਲਾਵਸਤਾ ਫਿਰ ਦੋਸਤੋ ਵੀ ਨੂਲਾਵਸਤਾ ਇਹ ਵੀ ਹੁੰਦਾ ਇੱਕ ਤਰ੍ਹਾਂ ਦਾ ਨੂਲਾਵਸਤਾ ਇਹਨੂੰ ਵੀ ਨੂਲਾਸਤਾ ਕਹਿੰਦੇ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਵੀ ਇਹੇ ਵੀ ਨੂਲਾਵਸਤਾ ਤੇ ਕੱਲਾ ਨੂਲਾਵਸਤਾ ਇਹੀ ਨਹੀਂ ਉਹੀ ਨਹੀਂ ਹੁੰਦਾ ਵੀ ਜਿਹੜਾ ਆਪਣਾ ਇੱਥੋਂ ਨਿਕਲਦਾ ਪਰ ਫਾਤੂਰੇ ਚੋਂ ਤੇ ਫਿਰ ਅੰਬੈਸੀ 'ਚ ਜਮਾ ਕਰਾਉਂਦਾ ਅਪਾਇੰਟਮੈਂਟਾਂ ਲੈ ਕੇ ਸੋ ਨੂਲਾਵਸਤੇ ਦੀ ਇੱਕ ਇਹ ਵੀ ਨਸਲ ਹੁੰਦੀ ਆ ਤੇ ਬਾਕੀ ਇਹਦੇ ਆਸਤੇ ਦੋਸਤੋ ਰਿਕੈਸ਼ਤਾ ਕਰਨਾ ਪੈਂਦਾ ਜੇਕਰ ਤੁਸੀਂ ਤੁਸੀਂ ਆਪਣੇ ਬੱਚੇ ਦਾ ਸਕੂਲ ਚੇਂਜ ਕਰਾਉਣਾ ਉਹਦੇ ਪੁਰਾਣੇ ਸਕੂਲ ਦੇ ਵਿੱਚ ਜਾ ਕੇ ਰਿਕਵੈਸਟ ਕਰੋ ਵੀ ਦਰਖਾਸਤ ਦਿਓ ਵੀ ਮੈਨੂੰ ਬੱਚੇ ਦਾ ਸਕੂਲ ਅਸੀਂ ਚੇਂਜ ਕਰਨਾ ਸਾਨੂੰ ਲੋਸਟ ਚਾਹੀਦਾ ਉਹ ਤੁਹਾਨੂੰ ਦੇ ਦੇਣਗੇ ਫਿਰ ਨਵੇਂ ਸਕੂਲ ਦੇ ਵਿੱਚ ਜਾ ਕੇ ਬੱਚੇ ਦੀ ਐਡਮਿਸ਼ਨ ਕਰਵਾ ਸਕਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਵੀ ਕਰਵਾ ਸਕਦੇ ਜੇ ਕਿਸੇ ਨੇ ਕਰਵਾਉਣੀ ਹੋਵੇ ਤਾਂ ਕਿਉਂਕਿ ਪ੍ਰੀਮੀਅਮ ਕੋਦਰੀ ਮੈਸੇਜ ਜਿਹੜਾ ਖਤਮ ਹੋ ਚੁੱਕਾ ਅੱਗੇ ਦੋ ਕੰਮ ਤੱਕ ਦੱਸਾਂ ਪਈਆਂ ਪਹਿਲਾ ਕੰਮ ਨਿਕਲਿਆ ਕੰਮ ਇਲੈਕਟ੍ਰੀਸ਼ੀਅਨ ਲਾਈਟਿੰਗ ਦਾ ਕੰਮ ਆਉਂਦਾ ਹੋਵੇ ਬੰਦੇ ਨੂੰ 1500 ਤੋਂ ਲੈ ਕੇ 2000 ਰੁਪਇਆ ਤਨਖਾਹ ਗਲੀ ਪੋਲੀ ਦੇ ਵਿੱਚ ਕੰਮ ਉਹੀ ਸੰਪਰਕ ਕਰੇ ਜਿਹਦੇ ਕੋਲੇ ਪੇਪਰ ਹੈਗੇ ਤੇ ਜਿਹੜਾ ਗਲੀ ਪੋਲੀ ਦੇ ਵਿੱਚ ਰਹਿਣ ਵਾਲਾ ਨੇੜੇ-ਟਿਹਰੇ ਰਹਿਣ ਵਾਲਾ ਜਿਹੜਾ ਉੱਥੇ ਕੰਮ ਕਰ ਸਕੇ ਹੋਰ ਕੋਈ ਨਾ ਸੰਪਰਕ ਕਰੇ ਮੇਰਾ ਭਾਈ ਤੇ ਬਾਕੀ ਇੱਕ ਸ਼ੈਫ ਦੀ ਲੋੜ ਆ ਚਾਈਨੀਜ਼ ਰੈਸਟੋਰੈਂਟ ਦਾ ਸ਼ੈਫਰੀ ਲੋੜਾ ਕੰਮ ਆਉਂਦਾ ਹੋਵੇ ਸ਼ੈਫ ਦਾ ਪੇਪਰ ਹੋਣ 2500 ਤੋਂ ਲੈ ਕੇ 3000 ਰੁਪਇਆ ਤੱਕ ਚੈਨਾ ਵਾਲਿਆਂ ਨੇ ਦੇ ਦੇਣਾ ਤਨਖਾਹ ਦਾ ਤੇ ਕੰਮ ਸ਼ੂਸ਼ੀ ਦਾ ਕੰਮ ਆਉਂਦਾ ਹੋਵੇ ਪੂਰਾ ਅਪ ਟੂ ਡੇਟ 2500 ਤੋਂ ਲੈ ਕੇ 3000 ਰੁਪਏ ਤਨਖਾਹ ਤੇ ਪਲੱਸ ਰੈਸ਼ ਰੈਸ਼ ਵੀ ਚ ਨਾਲ ਆਪ ਦੇਣਗੇ ਤੇ ਉਹੀ ਕੰਟੈਕਟ ਕਰਨ ਜਿਨ੍ਹਾਂ ਨੂੰ ਕੰਮ ਆਉਂਦਾ ਇਹਦੇ ਹੱਸਤੇ ਵੀ ਆਪਣਾ ਇੰਸਟਾਗ੍ਰam ਤੇ ਮੈਸੇਜ ਛੱਡ ਸਕਦੇ ਆ ਬਾਕੀ ਨਵੀਂ ਇਮੀਗ੍ਰੇਸ਼ਨ ਤੇ ਮੈਂ ਫਿਲਹਾਲ ਵੇਖ ਰਿਹਾ ਵੀ ਅੱਜ ਹਜੇ ਹਜੇ ਤੱਕ ਗਜੇਤੇ ਦੇ ਵਿੱਚ ਕੋਈ ਅਪਡੇਟ ਨਹੀਂ ਆਏਗੀ ਤੇ ਜੇ ਸ਼ਾਮ ਤੱਕ ਆਉਂਦੀ ਤਾਂ ਵੀ ਸ਼ੇਅਰ ਕਰ ਦਾਂਗੇ ਪਹਿਲਾਂ ਅਡਵਾਂਸ ਜੀ ਤੇ ਜੇ ਕੱਲ ਤੱਕ ਆਉਂਦੀ ਫਿਰ ਹੁੰਦਾ ਵੀ ਤੇ ਵਾਕੀ ਮਿਲਦੇ ਆਂ ਦੋਸਤੋ ਅਗੀਆਂ ਅਪਡੇਟਸ ਦੇ ਨਾਲ ਤਦ ਤੱਕ ਦੇ ਆ ਗਿਆ ਸ੍ਰੀ ਕਾਲ ਸਰੇਆ